ਕਰਾ ਰਹੇ ਸੀਗਾ ਸੁਪਰ ਡਿਲਕਸ ਵਿਦ ਮਸ਼ਰੂਮ ਵਾਲਾ। ਓਕੇ ਠੀਕ ਹੈ, ਬਸ ਠੀਕ ਹੈ, ਬਣ ਰਹੀ ਹੈ ਬਾਈ ਵੀਡੀਓ ਤੁਹਾਡੀ, ਠੀਕ ਹੈ ਇਹ ਕਰ ਦਿਓ ਇੱਕ। ਓਕੇ ਸਰ, ਕਿੰਨਾ ਟਾਈਮ ਲੱਗੂਗਾ ਸਰ? 10-12 ਮਿੰਟ ਲੱਗੂਗਾ। ਇੱਕ ਬੜੀ ਲੈ ਤੇ ਦੋ ਕੋਲਡ ਡਰਿੰਕ ਵੀ ਦੇ ਦਿੰਗੇ। ਓਕੇ ਸਰ ਬਾਈ, ਇੱਕ ਤਾਂ ਇੱਕ ਕੋਕਾ ਕੋਲਾ ਦੇ ਦਿਓ ਅਤੇ ਬਾਈ ਦਾ ਦੋ ਮਿੰਟ। ਬਾਈ ਜੀ ਕੋਲਡ ਡਰਿੰਕ ਕਿਹੜਾ ਲਓਗੇ ਤੁਸੀਂ ਦੱਸਿਓ? ਕੋਕ ਕੋਕ ਤਾਂ ਹੈ ਨਹੀਂ, ਕੋਕਾ ਕੋਲਾ ਬਾਈ ਦੋ ਕੋਕਾ ਕੋਲਾ ਕਰ ਦਿਓ। ਓਕੇ ਸਰ, ਕੋਲਡ ਡਰਿੰਕ ਹੋਣੀ ਤਾਂ ਮੈਂ ਉਹਦੇ ਪੀਜ਼ੇ ਨਾਲ ਦੇ ਪੀਜ਼ੇ ਨਾਲ ਹੀ ਦਿਓ। ਹੈਲੋ, ਲਓ ਜੀ ਈਸ਼ਵਰ ਸਿੰਘ ਨੇ ਬੁਰਕਾ ਭਰਿਆ ਮਤਲਬ ਬੁਰਕੀ ਬੁਰਕਾ ਤਾਂ ਉਹ ਹੁੰਦਾ ਨਾ ਉੱਪਰ ਦੀ ਪਾਉਣ ਨੂੰ ਕੱਪੜੇ ਦੀ ਤਰ੍ਹਾਂ। ਚਲੋ ਜੀ ਇੱਕ ਇੱਧਰ ਵਰਗ ਰੇਹੀ ਹੈ, ਇਹ ਮੈਂ ਛੱਡਣਾ ਹੈ। ਦੇਖੋ ਜੀ ਦੇਖੋ ਦੇਖੋ ਕਿਸ ਤਰ੍ਹਾਂ, ਲਓ ਜੀ ਚਟਨੀ ਡੋਲੀ ਉੱਪਰ। ਓ ਯਾਰ ਈਸ਼ਵਰ ਸਿੰਘ ਆਲਸੋ ਨੋਨ ਐਜ਼ ਪਰਮਾਤਮਾ, ਅਤੇ ਇਹ ਬਾਈ ਜੀ ਇੱਧਰ ਕੰਮ ਕਰ ਰਹੇ ਨੇ, ਇਹ ਲੈਪਟੋਪ ਲੱਗੇ ਨੇ ਫਿਲਮਾਂ ਟ੍ਰਾਂਸਫਰ ਕਰਨ ਦਾ, ਬੜਾ ਵੱਡਾ ਕੰਮ ਹੈ। ਹਾਂ ਬਹੁਤ ਵੱਡਾ ਕੰਮ ਹੈ, ਇਹ ਸਾਰੀ ਜ਼ਿੰਮੇਵਾਰੀ ਇਹਨਾਂ ਦੀ ਹੈ। ਅਤੇ ਅਸੀਂ ਬੈਠੇ ਹਾਂ ਬਰਗਰ 13 ਦੇ ਵਿੱਚ, ਸੰਗਰੂਰ ਬਰਗਰ 13 ਨਵਾਂ ਰੈਸਟੋਰੈਂਟ ਖੁੱਲ੍ਹਿਆ, ਅਤੇ ਇੱਥੇ ਤੁਹਾਨੂੰ ਬਰਗਰ ਪੀਜ਼ਾ ਅਤੇ ਸੈਂਡਵਿਚ ਵੀ ਮਿਲ ਜਾਣਗੇ। ਅਤੇ ਇਹਨਾਂ ਦੀ ਆਪਣੀ ਚੇਨ ਹੈ, ਬਹੁਤ ਵੱਡੀ ਚੇਨ ਹੈ, ਅਤੇ ਬਹੁਤ ਉਮਦਾ ਕਿਸਮ ਦੇ ਇਹ ਬਰਗਰ ਤਿਆਰ ਕਰਦੇ ਨੇ। ਅਤੇ ਮੈਕੜੀ ਇਹਨਾਂ ਨੇ ਮੈਕੜੀ ਇਹਨਾਂ ਨੇ ਫੇਲ ਕਰ ਦੇਣਾ ਬਸ ਥੋੜ੍ਹੇ ਦਿਨਾਂ ਤੱਕ, ਅਤੇ ਮੈਕੜੀ ਵਾਲੇ ਇਹਨਾਂ ਨੂੰ ਕਹਿ ਰਹੇ ਨੇ ਵੀ ਭਾਜੀ ਬੰਦ ਕਰ ਦਿਓ, ਅਤੇ ਇਹ ਕਹਿੰਦੇ ਨਹੀਂ ਬੰਦ ਕਰਨਾ, ਬਹੁਤ ਹੋ ਗਿਆ ਤੁਹਾਡਾ, ਹੁਣ ਅਸੀਂ ਹਾਂ ਤੁਹਾਡਾ ਅਸੀਂ ਢਾਬਾ ਬੰਦ ਕਰ ਦੇਣਾ ਅਤੇ ਆਪਦਾ ਖੋਲ੍ਹ ਲੈਣਾ। ਇਹਨਾਂ ਨੇ ਹੁਣ ਖੋਲ੍ਹਿਆ ਅਤੇ ਬਹੁਤ ਹੀ ਸੋਹਣਾ ਬੈਕਗਰਾਊਂਡ ਦੇਖੋ, ਉੱਤੇ ਰੋਡ 'ਤੇ ਇਹਨਾਂ ਨੇ ਸੀਲਿੰਗ ਵਗੈਰਾ ਕਰਾਈ ਹੈ, ਲਾਈਟਾਂ ਲੂਟਾਂ ਲਾ ਕੇ। ਆਹ ਮੈਨੂੰ ਲੱਗਦਾ ਇਹ ਉਹ ਸਪਰੇ ਵੀ ਮਾਰਨ ਵਾਲਾ ਨਹੀਂ ਹੈਗਾ, ਰੂਮ ਫਰੈਸ਼ਨਰ ਤੈਨੂੰ ਬਹੁਤ ਚੰਗਾ ਕਿ ਮੈਨੂੰ ਲੱਗਦਾ ਮੈਨੂੰ ਕੁਛ ਨਹੀਂ ਆਉਂਦਾ। ਅਤੇ ਆਹ ਬਾਈ ਪਿੱਛੇ ਲੱਗੇ ਹੋਏ ਨੇ ਸਾਡਾ ਔਡਰ ਤਿਆਰ ਕਰ ਰਹੇ ਨੇ, ਪੀਜ਼ਾ ਆ ਰਿਹਾ। ਥੋੜ੍ਹੀ ਦੇਰ ਪਹਿਲਾਂ ਅਸੀਂ ਬਰਗਰ ਲਵੇਟ ਕੇ ਹਟਿਆ, ਅਤੇ ਬਾਈ ਜੀ ਹਲੇ ਫਿਲਮੀ ਜਗਤ ਦੇ ਵਿੱਚ ਪੂਰੇ ਖੁੱਬ ਚੁੱਕੇ ਨੇ ਬਾਈ ਜੀ। ਚਲੋ ਬਾਹਲਾ ਗਾਹ ਨਾ ਆਪਾਂ ਮੈਂ ਬੰਦ ਕਰਦੇ ਹਾਂ। ਓਕੇ ਧੰਨਵਾਦ ਜੀ ਬਾਈ, ਤੁਹਾਡੇ ਕੀ ਆਈਸਕ੍ਰੀਮ ਬਰਗਰ ਦਾ ਦੱਸੋ ਮਾੜਾ ਜਿਹਾ। ਸਰ ਆਈਸਕ੍ਰੀਮ ਬਰਗਰ ਬਿਲਕੁਲ ਠੰਡਾ, ਔਰ ਆਈਸਕ੍ਰੀਮ ਦੀ ਜੋ ਟਿੱਕੀ ਹੈ ਜੀ, ਆਈਸਕ੍ਰੀਮ ਉਹ ਟਿੱਕੀ ਦੀ ਰਹਿ ਤਾਂ ਆਈਸਕ੍ਰੀਮ ਹੋ ਗਈ ਜੀ, ਮਤਲਬ ਗਰਮ ਨਹੀਂ ਕਰਦੇ? ਨਹੀਂ ਜੀ ਗਰਮ ਨਹੀਂ, ਜਮਾਂ ਠੰਡਾ? ਜਮਾਂ ਹੀ ਠੰਡਾ ਜੀ। ਓਕੇ ਚਲੋ ਠੀਕ ਹੈ ਬਾਈ, ਧੰਨਵਾਦ, ਅਗਲੀ ਵਾਰੀ ਟਰਾਈ ਕਰਾਂਗੇ। ਇਹ ਦੇਖੋ ਬਾਈ ਜੀ, ਅਸੀਂ ਨਾ ਹੁਣੇ ਪੁੱਛ ਕੇ ਆਇਆ ਵੀ ਬਾਈ ਕਹਿੰਦਾ ਆਈਸਕ੍ਰੀਮ ਬਰਗਰ ਮਿਲਦਾ, ਇਹਨਾਂ ਨੇ ਮਤਲਬ ਬਰਗਰ ਦੀ ਪਰਿਭਾਸ਼ਾ ਹੀ ਬਦਲਤੀ। ਅੱਗੇ ਕਹਿੰਦੇ ਗਰਮ ਹੁੰਦਾ ਸੀ ਬਰਗਰ, ਹੁਣ ਕਹਿੰਦੇ ਆਈਸਕ੍ਰੀਮ ਪਾ ਕੇ ਠੰਡਾ ਬਰਗਰ। ਉੱਪਰ ਦੀ ਸੰਗਰੂਰ 'ਚ ਬੈਠੇ ਹਾਂ, ਸੰਗਰੂਰ 'ਚ ਕੁਛ ਵੀ ਹੋ ਸਕਦਾ, ਕਿਸੇ ਨਾਲ ਵੀ ਹੋ ਸਕਦਾ। ਅਤੇ ਆਹ ਬਾਈ ਜੀ ਦੇਖੋ, ਇਹਨੇ ਬੁਰਕੀ ਬੁਰਕੀ ਨੂੰ ਪਾਇਆ ਮੈਂ, ਚਲੋ ਚੱਕ ਲਿਆ। ਚਲੋ ਬਾਈ